ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਜਿਹੜੇ ਵੀਰ ਆਪਣੇ ਫੇਸਬੁੱਕ ਪੇਜ 'ਤੇ ਇਹ ਵੀਡੀਓ ਦੇਖ ਰਹੇ ਨੇ, ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ, ਅਤੇ ਜਿਹੜੇ ਵੀਰ ਆਪਣੇ ਯੂਟਿਊਬ ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗੇ ਬੈੱਲ ਬਟਨ ਨੂੰ ਵੀ ਆਲ 'ਤੇ ਸੈੱਟ ਕਰ ਲਿਓ, ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਕਿਸਾਨ ਵੀਰੋ 10 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ, ਅਤੇ ਸਮਾਂ ਜਿਹੜਾ ਦੋਸਤੋ 2 ਵਜੇ ਦੁਪਹਿਰ ਦਾ ਹੈਗਾ। ਐਨੀਮਲ ਜਿਹੜੇ ਆ ਦੋਸਤੋ ਤੁਹਾਨੂੰ ਤਕਰੀਬਨ ਆਪਾਂ 5 ਨਗ ਦਿਖਾਉਣੇ ਆ, 5 ਮੱਝਾਂ ਝੋਟੀਆਂ ਹੋਣਗੀਆਂ ਤਕਰੀਬਨ, 2 ਜਿਹੜੀਆਂ ਮੱਝਾਂ ਝੋਟੀਆਂ ਦੋਸਤੋ ਸੂਈਆਂ ਹੋਣਗੀਆਂ ਤਕਰੀਬਨ, ਬਾਕੀ 3 ਗੱਭਣ ਹੋਣਗੀਆਂ ਬਿਲਕੁਲ ਤਿਆਰੀ ਦੇ ਵਿੱਚ, ਕੁਝ ਕੁ ਦਿਨਾਂ ਦੇ ਦੌਰਾਨ ਜਿਹੜਾ ਦੋਸਤੋ ਸੂ ਪੈਣਾ ਇਹਨਾਂ ਮੱਝਾਂ ਨੇ। ਵਿਜਿਟ ਜਿਹੜੀ ਖਾਸ ਹੈਗੀ ਆ, ਤੁਹਾਨੂੰ ਪਿੰਡ ਡੱਲ ਕਰਨੀ ਪੈਣੀ ਹੈ ਦੋਸਤੋ, ਠੀਕ ਆ। ਇਸ ਘਰ ਤੋਂ ਤਕਰੀਬਨ ਆਪਣੀਆਂ ਪਹਿਲਾਂ ਵੀ ਵੀਡੀਓ ਕਾਫੀ ਅਪਲੋਡ ਨੇ, ਅਤੇ ਬਾਈ ਦਲੇਰੇ ਦੇ ਨਾਲ ਮਿਲਾਵਾਂਗੇ ਤੁਹਾਨੂੰ, ਠੀਕ ਆ ਜੀ। ਅਤੇ ਬਾਕੀ ਜਿਹੜੇ ਪਸ਼ੂ ਖਾਸ ਤੌਰ 'ਤੇ ਸੂਏ ਸਵਾਏ ਹੁੰਦੇ ਆ, ਉਹਨਾਂ ਦੀ ਤਸੱਲੀ ਤੁਸੀਂ 2 ਟਾਈਮ, 4 ਟਾਈਮ, 3 ਟਾਈਮ ਆਪਣਾ ਜਿਹੜਾ ਦੂਰ ਨੇੜਿਓਂ ਘਰ ਵਿਜਿਟ ਕਰਕੇ ਜ਼ਰੂਰ ਕਰ ਲਿਓ, ਠੀਕ ਆ ਜੀ। ਅਤੇ ਬਾਕੀ ਕਿਸੇ ਕਿਸਾਨ ਵੀਰ ਨੇ, ਜਿਹੜਾ ਪਸ਼ੂ ਪਾਲਕ ਵੀਰ ਨੇ, ਪਸ਼ੂ ਵੇਚਣ ਸੰਬੰਧੀ ਕੋਈ ਐਡ ਕਰਾਉਣੀ ਹੋਵੇ, ਵੀਡੀਓ ਬਣਾਉਣੀ ਹੋਵੇ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 9815124150 ਮੇਰੇ ਸੰਪਰਕ ਨੰਬਰ ਨੇ। ਆ ਜਾਓ ਵਧੇਰੇ ਡਿਟੇਲ ਦੇ ਲਈ ਆਪਾਂ ਚੱਲਦੇ ਹਾਂ ਬਾਈ ਦਲੇਰੇ ਦੇ ਕੋਲ, ਪੁੱਛਦੇ ਹਾਂ ਕੀ ਇਨਫੋਰਮੇਸ਼ਨ ਹੈਗੀ ਇਹਨਾਂ ਮੱਝਾਂ ਦੇ ਰਿਗਾਰਡਿੰਗ। ਨੀਲੀ ਦਾ ਵੀ ਤਾਂ ਪਸ਼ੂ ਜਿਹੜੇ ਹੋਣਗੇ ਅੱਜ ਦੋਸਤੋ, ਠੀਕ ਹੈ ਜੀ। ਬਾਕੀ ਚਾਹਵਨ ਵੀਰ ਤੁਸੀਂ ਖਾਸੇ ਤੌਰ 'ਤੇ ਜਿਹੜਾ ਸੰਪਰਕ ਕਰ ਸਕਦੇ ਹੋ, ਨੰਬਰ ਬਿਲਕੁਲ ਸਕਰੀਨ ਦੇ ਨੀਚੇ ਚੱਲਦੇ ਆ। ਵਧੇਰੇ ਡਿਟੇਲ ਆਪਾਂ ਲੈਂਦੇ ਹਾਂ ਬਾਈ ਦਲੇਰੀ ਨੂੰ। ਸਭ ਤੋਂ ਪਹਿਲਾਂ ਬਾਈ ਦਲੇਰਾ ਜੀ, ਸਤਿ ਸ਼੍ਰੀ ਅਕਾਲ ਜੀ। ਰਾਜ ਬਾਈ, ਸਤਿ ਸ਼੍ਰੀ ਅਕਾਲ। ਸਾਡੇ ਵੱਲੋਂ ਜਿੰਨੇ ਭਰਾ ਮੇਰੇ ਵੀਡੀਓ ਵੇਖਦੇ ਉਹਨਾਂ ਨੂੰ ਮੇਰੇ ਵੱਲੋਂ ਸਭ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਰ ਬਾਈ ਕਾਇਮ ਹੋ? ਬਹੁਤ ਚੜ੍ਹਦੀ ਕਲਾ, ਮੇਰੇ ਮਾਰ ਬੜਕਾ ਬੁੜਕਾ ਪੂਰੀਆਂ ਮਾਰਦੇ ਭਾਅ ਜੀ, ਬਾਬਾ ਬੁੱਢਾ ਸਿਰ 'ਤੇ ਮਾਰਦੇ। ਸਹੀ ਹੈ, ਸਹੀ ਹੈ, ਸਹੀ ਹੈ। ਅੱਜ 5 ਨਾਗੇ ਬਾਈ ਆਪਣੇ ਕੋਲ। ਹਾਂਜੀ, 5 ਨਾਗੇ ਆ, ਤੇ 2 ਵਿੱਚ ਮੱਝਾਂ ਸੂਈਆਂ, ਠੀਕ ਹੈ ਜੀ, ਤੇ 3 ਆਪਣੀਆਂ ਗੱਭਣਾਂ ਜਾਣੀਆਂ ਤਿਆਰ ਆ, ਕੋਈ 2-2 4-4 ਦਿਨ ਲੈਂਦੀਆਂ, ਠੀਕ ਆ। ਹਾਂਜੀ, ਤੇ ਨੀਲੀ ਰਾਵੀ ਦੇ ਪਸ਼ੂ, ਮਤਲਬ ਕਿ ਆਪਣੇ ਹਰ ਇੱਕ ਵੀਡੀਓ ਦੇ ਵਿੱਚ 2-3 ਇੱਕ ਦਾ ਪੀਸ ਵਿੱਚ ਪਾਈਪ ਆਉਣਾ ਹੀ ਪੈਂਦਾ ਜੀ, ਚਲੋ ਮਿਲਦਾ ਬੜਾ ਮੁਸ਼ਕਿਲ ਆ, ਥੋੜਾ ਜਿਹਾ ਲੈਣਾ ਹੀ ਪੈਂਦਾ। ਡਿਮਾਂਡ ਹੁੰਦੀ ਆ ਆਪਣੇ ਵੀਰਾਂ ਭਰਾਵਾਂ ਦੀ, ਪੂਰੀ ਵੀ ਕਰਨੀ ਚਾਹੀਦੀ ਆ, ਹਰ ਇੱਕ ਚੀਜ਼ ਦੀ ਡਿਮਾਂਡ ਕਰਦਾ। ਕੋਈ ਕਾਲੀ ਮੋਹਰੀ ਦੀ ਕਰਦਾ, ਹੁਣ ਉਹ 3 ਕਾਲੀ 'ਚ ਆ ਜਾਂਦੀਆਂ 2, ਹਾਂਜੀ, ਇਹ 2 ਨੀਲੀ 'ਚ ਆ ਜਾਂਦੀਆਂ। ਬਿਲਕੁਲ ਬਿਲਕੁਲ ਬਿਲਕੁਲ। ਤੇ ਮਾਲ ਜਿਹੜੇ ਦੋਸਤੋ ਤੁਹਾਨੂੰ ਇਸ ਘਰੋਂ ਹਰ ਟਾਈਮ ਜਿਹੜਾ ਪ੍ਰੋਵਾਈਡ ਹੁੰਦਾ ਰਹਿੰਦਾ, ਖਾਸ ਤੌਰ ਤੇ ਗਾਵਾਂ ਬਹੁਤ ਘੱਟ ਆਉਂਦੀਆਂ ਆਪਣੇ, ਪਰ ਮੱਝਾਂ ਜਿਆਦੀਆਂ ਲਿਆ ਕੇ ਆ, ਜਿੰਨੇ ਜਿਆਦੀ ਮੱਝੀ ਲੈਣਾ ਮੈਂ, ਤੇ ਮੱਝਾਂ ਬਾਹਰ ਵੀ ਜੇਕਰ ਆਪਾਂ ਨਿਗਾਹ ਮਾਰੀਏ ਤਾਂ ਸੂਆ ਵੀ ਥੋੜਾ ਜਿਹਾ ਜਿਵੇਂ ਘੱਟ ਗਿਆ, ਘੱਟ ਆ। 10 ਪਿੰਡ ਫਿਰਿਆ ਇੱਕ ਮੱਝ ਲੱਭਦੀ ਆ, ਅੱਗੇ 1 ਪਿੰਡ ਫਿਰਿਆ 10 ਮੱਝਾਂ ਲੱਭਦੀਆਂ ਸੀ। ਬਿਲਕੁਲ, ਹਾਂਜੀ, ਥੋੜੀਆਂ ਜਿਹੀਆਂ ਹੁਣ ਘੱਟ ਮਿਲਦੀਆਂ, ਕਿਉਂ ਸੂਏ ਦਾ ਕਰਕੇ ਨਾ ਜੀ ਜੀ, ਤੁਹਾਨੂੰ ਪਤਾ ਹੁਣ ਗਰਮੀ ਆਉਂਦੀ ਜਾਂਦੀ, ਗਰਮੀ ਕਰਕੇ ਫਿਰ ਦੁੱਧ ਦੀ ਖਿੱਚ ਹੁੰਦੀ ਜਾਂਦੀ ਹੈ। ਬਿਲਕੁਲ, ਹਾਂਜੀ। ਤੇ ਅੱਜ ਬਾਈ ਕਰੀਏ ਸਟਾਰਟ, ਪਹਿਲੇ ਨੰਬਰ ਤੋਂ ਕਰ ਲਈਏ ਸਟਾਰਟ ਜੀ, ਪਹਿਲੇ ਤੋਂ ਕਰ ਲਓ ਕੋਈ। ਇਹ ਨੀਲੀ ਰਾਵੀ ਦੀ ਆ ਗਈ ਆ ਆਪਣੇ ਕੋਲ, ਹਾਂਜੀ, ਠੀਕ ਆ ਜੀ। ਤੇ ਸੂਆ ਜ਼ਰੂਰ ਦੱਸੀਏ ਵੀ ਸੂਆ ਕਿੰਨਵਾਂ ਸੂਈ, ਤਾਂ ਦਿਨ ਕਿੰਨੇ ਕੁ ਹੋ ਗਏ ਆ ਜੀ? ਸੂਆ ਵੀਰ ਜੀ, ਇਹ 2 ਤੋਂ 3 ਸੂਆ ਹੋਊਗਾ, ਠੀਕ ਆ ਜੀ। ਹਾਂਜੀ, ਸੂਏ ਇਹਨੂੰ ਸੂਈ ਨੂੰ 25 ਦਿਨ ਹੋ ਗਏ ਆ, 25 ਦਿਨ ਦਾ ਸਮਾਂ, 25-26 ਦਿਨ ਹੋ ਗਏ ਆ। ਨੀਚੇ ਬੱਚਾ ਕੱਟਾ, ਹਾਂਜੀ, ਕੱਟਾ ਨੀਲੀ ਦਾ, ਇਹਦੇ ਮੱਝ ਵੀ ਨੀਲੀ ਦੀ, ਠੀਕ ਆ। ਹਾਂਜੀ, ਨੀਚੇ ਬੱਚਾ ਜਿਹੜਾ ਦੋਸਤੋ ਬਿਲਕੁਲ ਤੁਸੀਂ ਵੇਖ ਸਕਦੇ ਹੋ, ਠੀਕ ਆ, ਮੇਲ ਗਾਫ ਆ, ਤੇ ਕੱਟਾ ਤਕਰੀਬਨ 25 ਦਿਨ ਦਾ ਸਮਾਂ ਹੋ ਗਿਆ, ਹੈ ਨਾ? ਹਾਂਜੀ ਹਾਂਜੀ, ਹੋ ਗਿਆ, ਠੀਕ ਆ ਜੀ, ਠੀਕ ਆ। ਤੇ ਹੁਣ ਮੌਕੇ ਦਾ ਦੁੱਧ ਕਿੰਨਾ ਹਾਜ਼ਰ ਹੈ ਜੀ? ਮੌਕੇ ਦਾ ਦੁੱਧ ਦੇਗਾ 11 ਲੀਟਰ, ਪਰ ਆਪਾਂ ਕਿਸੇ ਸੱਜਣ ਵੀਰ ਨੇ ਦੂਰ ਖੜਨੀ ਹੋਵੇ, ਆਪਾਂ 10 ਲੀਟਰ ਤੇ ਕਰਨੀ, 10 ਲੀਟਰ ਜਿਹੜਾ ਐਂਡ ਤਿਆਰ ਆ। ਕਹਿਣ ਤੋਂ ਭਾਵੇਂ ਵੀ ਜੇਕਰ ਕੋਈ ਆਨਲਾਈਨ ਸੌਦਾ ਕਰਦਾ, ਵੀ ਆਪਾਂ ਆਪਦੇ ਘਰੇ 11 ਚੋਰੇ ਆ, ਬਣਾ ਸਕਦੇ ਆਪਾਂ, ਹਾਂ, ਠੀਕ ਆ, ਚਾਹੇ ਕੋਈ ਆਨਲਾਈਨ ਮਤਲਬ ਕਿ ਵੀਡੀਓ ਕਰਦੇ ਹੋ, ਇਹ ਵੀ ਆਪਾਂ ਵੀਰਾਂ ਨੂੰ ਜਿੰਨਾ ਦੱਸਿਆ ਉਹਨਾਂ ਦੁੱਧ ਨਿਕਲਿਆ, ਹੁਣ ਵੀ ਮਨਾਵਾਂਗੇ ਆਪਾਂ। ਬਿਲਕੁਲ ਸਹੀ, ਹਾਂਜੀ, ਜਿੱਦਾਂ ਮਰਜ਼ੀ ਕੋਈ 2-4 ਡੰਗ ਆਪਣੀ ਚਵਾਈ ਇੱਥੇ ਕਰ ਸਕਦਾ ਹੈ, ਇੱਥੇ ਚੋਣਾਂ ਦੇ 11 ਹੀ ਚੋਲੇ, ਹਾਂ, ਖੁੱਲ੍ਹ ਕੇ ਵੀਰੇ ਨੂੰ, ਹਾਂਜੀ, ਖੋਲ੍ਹੇ। ਅਤੇ ਮੀਡੀਅਮ ਹਾਈਟ ਵਿੱਚ ਆ ਦੋਸਤੋ, ਤਕਰੀਬਨ ਜਿੱਦਾਂ ਨੀਲੀ ਰਾਵੀ ਦੀਆਂ ਮੱਝਾਂ ਆਪਾਂ ਨੋਰਮਲ ਦਿਖਾਉਂਦੇ ਹਾਂ ਤੁਹਾਨੂੰ, ਹਰ ਇੱਕ ਘਰ ਤੋਂ ਮੀਡੀਅਮ ਜਿਹੜੀ ਹਾਈਟ ਹੁੰਦੀ ਹੈ, ਠੀਕ ਆ ਜੀ, ਤਕਰੀਬਨ। ਬਾਕੀ ਪੈਰਾਂ ਪੂਰਾਂ ਦੀ ਮਾਰਕਿੰਗ ਜਿਹੜੀ ਹੈਗੀ ਤੁਸੀਂ ਵੇਖ ਕੇ ਚੈੱਕ ਕਰੋ, ਅਤੇ ਆਹ ਵੇਖੋ ਜੀ ਬੋਡੀ ਬਣਤਰ ਤੁਸੀਂ ਪੂਰੀ ਵੇਖ ਲੈਣੀ ਆ, ਠੀਕ ਆ ਜੀ, ਬਿਲਕੁਲ ਬਰੀਕ ਜਮੜੀ ਆ। ਨੀਲੀ ਰਾਵੀ ਦੀ ਜਿਹੜੀ ਆ ਦੋਸਤੋ ਮੋਸਟਲੀ ਆ ਬਰੀਕ ਸਕਿਨ ਦੇ ਵਿੱਚ ਹੁੰਦੀ ਆ ਮੱਝ, ਕੋਈ ਵੀ ਜਦੋਂ ਤੁਸੀਂ ਲੈਂਦੇ ਹੋ ਖਾਸ ਤੌਰ 'ਤੇ। ਬਾਕੀ
ਤਕਰੀਬਨ ਬਟਨ ਬੁਟਨ ਪੂਰੇ ਹੈਗੇ ਆ ਅਤੇ ਚਵਾ ਆਪਾਂ ਬਾਈ ਹੋਰਾਂ ਤੋਂ ਪੁੱਛਾਂਗੇ ਓਵਰਆਲ ਜਿੰਨਾ ਕੁ ਚਵਾ ਇਹਨੂੰ ਲੱਗਾ ਹੈਗਾ। ਠੀਕ ਹੈ ਬਾਕੀ ਫੇਸ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ, ਮਨਕਣੀ ਆਖਾ ਬਿਲਕੁਲ ਅਤੇ ਸਾਰਾ ਫੇਸ ਜਿਹੜਾ ਵਾਈਟ ਆ ਦੋਸਤੋ, ਬਹੁਤੇ ਵੀਰ ਪਸੰਦ ਕਰਦੇ ਆ ਤਕਰੀਬਨ ਨੀਲੀ ਰਾਵੀ ਦੇ ਵਿੱਚ। ਅਤੇ ਵੇਣਬੂਣ ਮੈਂ ਤੁਹਾਨੂੰ ਦਿਖਾਊਂਗਾ ਦੋਵੇਂ ਪਾਸੇ ਤੋਂ, ਤੁਸੀਂ ਵੇਖੋਗੇ ਤਾਂ ਵੇਣਬੂਣ ਦੀ ਬਹੁਤ ਵਧੀਆ ਚੰਗੀ ਮੋਟੇ ਰੱਸੇ ਵਰਗੀ ਜਿਹੜੀ ਆ ਦੋਵੇਂ ਪਾਸੇ ਉਭਰੀ ਹੋਈ ਵੇਣ ਆ, ਮਿਲਕ ਵੇਣ। ਠੀਕ ਆ, ਬਾਕੀ ਕਿਸੇ ਵੀ ਕਿਸਾਨ ਵੀਰ ਨੇ ਫਾਰਮਰ ਨੇ ਜਦੋਂ ਕੋਈ ਤੁਸੀਂ ਚੀਜ਼ ਲੈਣੀ ਹੁੰਦੀ ਆ ਤਸੱਲੀ ਆ ਜਿਹੜੀ ਦੋਸਤੋ, ਵੇਟ ਜ਼ਰੂਰ ਕਰ ਲਿਆ ਕਰੋ, ਆਪਣਾ ਟਾਈਮ ਜ਼ਰੂਰ ਕੱਢ ਲਿਆ ਕਰੋ, ਤੁਸੀਂ ਜਿਹੜੀ ਆ ਨਰਕ ਪਰਖਾ ਤਸੱਲੀ ਦੇ ਨਾਲ ਕਰ ਲਿਆ ਕਰੋ। ਅਤੇ ਇਹਦਾ ਇੱਕ ਬਾਈ ਹੁਣ ਮੌਕੀ ਦਾ ਡਿਮਾਂਡ ਕੀ ਕਰਦੇ ਪਏ? ਡਿਮਾਂਡ ਵੀਰ ਦਾ ਨਾ ਸੌਦਾ ਚੱਲਣ ਡਿਆ ਹੈ। ਸੌਦਾ ਚੱਲਦਾ ਪਿਆ? ਹਾਂਜੀ ਠੀਕ ਆ। ਅਤੇ ਆਪਾਂ ਮੌਕੇ 'ਤੇ ਡਿਮਾਂਡ ਕਰ ਲਾਂਗੇ ਜੇ ਕਿਸੇ ਵੀਰ ਦਾ, ਮਤਲਬ ਕਿ ਫੋਨ 'ਤੇ ਕਰੋਗੇ? ਹਾਂ ਫੋਨ 'ਤੇ ਕਰ ਲਾਂਗੇ। ਕਈ ਰਹਿੰਦਾ ਵੀ ਅੱਗੋਂ ਉਹਨਾਂ ਵੀ ਲਿਜਾ ਕੇ ਸੇਲ ਕਰਨੀ ਹੁੰਦੀ ਆ, ਉਹ ਸੇਲ ਕਰਨ ਵਾਲੇ ਵੀਰ ਆਏ, ਉਹਨਾਂ ਨਾਲ ਗੱਲ ਚੱਲਣ ਡਈ ਆ। ਠੀਕ ਆ ਜੀ। ਅਤੇ ਦੂਜਾ ਮੰਨ ਲਾ ਵੀ ਆਪਾਂ ਇੱਦਾਂ ਕਿਸੇ ਦਾ ਪਰਦਾ ਯਾਰ ਨਹੀਂ ਕਰਨਾ ਚਾਹੀਦਾ। ਬਾਕੀ ਤੁਹਾਡੇ ਤੋਂ ਪੁੱਛ ਲੈਣਗੇ ਜੇਕਰ ਉਹਨਾਂ ਸੇਲ ਕਰਨੀ ਅੱਗੇ, ਹਾਂ ਹਾਂ, ਤੇ ਨੰਬਰ ਤੁਹਾਡੇ ਤੋਂ ਲੈ ਲੈਣਗੇ। ਹਾਂ ਹਾਂ, ਕੋਈ ਜਿਸ ਕਿ ਮਤਲਬ ਕਿ ਕੋਈ ਸ਼ੌਕੀਨ ਵੀਰ ਆ ਜਾਂਦਾ ਵੀ ਤੁਸੀਂ ਤਾਂ ਸੇਲ ਕਰਨੀ ਆ, ਉਹਨੇ ਜੇ ਉਹਨਾਂ ਸੇਲ ਕਰਨੀ ਉਹ ਤੇ ਇੱਥੋਂ ਹੀ ਆਪਾਂ ਉਹਨਾਂ ਨੂੰ ਆਪਣੀ ਗਾਰੰਟੀ ਤੇ ਭੇਜ ਦਾਂਗੇ। ਬਿਲਕੁਲ ਠੀਕ ਆ। ਇਸ ਤੋਂ ਅਗਲੀ ਜਿਹੜੀ ਝੋਟੀ ਆ ਜੀ, ਇਹ ਦੂਸਰੇ ਸੂਈ ਸੂਈ ਏ। ਠੀਕ ਆ ਜੀ। ਪਰਸੋਂ ਦੀ ਸੂਈ ਆ ਬੱਚਾ ਜਿਹੜਾ। ਠੀਕ ਆ ਜੀ। ਹਾਂਜੀ, ਇਹ ਮਾਝ ਦੂਜੇ ਸੂਏ ਜੀ? ਹਾਂ ਦੂਜੇ ਸੂਏ। ਤੇ ਬੱਚਾ ਕੱਟੀ ਆ ਗਈ ਨੀਚੇ? ਨਹੀਂ ਕੱਟਾ ਜੀ, ਕੱਟਾ ਆ ਗਿਆ। ਹਾਂ ਇਹਨਾਂ ਨੂੰ ਨਾਲ ਰੱਖੀ ਆ। ਮੇਲ ਕਾਫ ਤੇ ਦੂਜਾ ਦਿਨ ਅੱਜ ਜੀ? ਹਾਂ ਜੀ, ਤੀਜਾ ਦਿਨ ਹੋ ਗਿਆ ਅੱਜ, ਤੀਜਾ ਦਿਨ ਆ ਪਰਸੋਂ ਦੀ। ਠੀਕ ਆ। ਤੇ ਮੱਝ ਤੁਸੀਂ ਵੇਖੋ ਦੋਸਤੋ, ਪੂਰਾ ਲੇਵੇ ਲੂਵੇ ਦੀ ਬਿਲਕੁਲ ਸਾਫ ਆ। ਠੀਕ ਆ ਜੀ, ਬਿਲਕੁਲ ਪੱਧਰ ਲੇਵਾ। ਤੇ ਵੇਖੋ ਬਿਲਕੁਲ ਬਰੀਕ ਚਮੜੀ ਆ, ਤੇ ਸਿੰਘਾਂ ਸੁੰਘਾਂ ਦੀ ਬਣਤਰ ਮੂੰਹ ਮੱਥੇ ਦੀ ਤੁਸੀਂ ਇੱਕ ਵਾਰੀ ਜ਼ਰੂਰ ਦੇਖ ਲਓ। ਬਾਕੀ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਤਸੱਲੀ ਦੇ ਨਾਲ। ਤੇ ਬੋਲੇ ਦੇ ਵਿੱਚ ਭਾਜੀ ਕਿੰਨਾ ਚਵਾਰੀ ਆ ਇਹ? ਸਾਡੇ ਐਟਮ ਤੇ 8 ਲੀਟਰ ਬੋਲਾ ਤਿਆਰ ਜੀ। ਜੀ ਹਾਂ, ਦੋ ਡੰਗ ਚਵਾਈ ਕਰ ਲਈ ਨਾਲ ਟਾਈਮ ਦੱਸੀ ਹੈ। ਠੀਕ ਆ। ਟਾਈਮ ਆਪਾਂ ਜ਼ਰੂਰ ਨੋਟ ਕਰਾਤਾ ਜੀ, ਟਾਈਮ 2 ਵਜੇ ਦਾ ਆਪਣਾ, ਦੁਪਹਿਰ ਦਾ ਟਾਈਮ ਨੋਟ ਕਰਾਤਾ। ਅਤੇ ਚਵਾਈ ਜਿਹੜੀ ਹੈਗੀ ਆ ਟਾਈਮ ਟੂ ਟਾਈਮ, ਟਾਈਮ ਆਪਾਂ 6 ਤੋਂ 6 ਠੀਕ ਆ ਜੀ। ਬਾਕੀ ਨਾੜੂ ਬੱਚੇ ਦੇ ਨਾਲ ਹੈਗਾ ਦੋਸਤੋ। ਠੀਕ ਆ। ਅਤੇ ਆਹ ਫੇਸ ਤੋਂ ਕੁਆਲਿਟੀ ਜੀ ਬਿਲਕੁਲ ਫਰੰਟ ਤੋਂ। ਠੀਕ ਆ, ਮੋੜ ਲਈਏ ਫਿਰ? ਠੀਕ। ਤੇ ਚਵਾਈ ਚੁਵੀ ਵੀਰ ਜੀ ਇੱਕ ਨੰਬਰ ਦੀ ਪਾਸ? ਬਿਲਕੁਲ ਬਿਲਕੁਲ, ਆਪਾਂ ਮਾੜੀ ਚਵਾਈ ਦਾ ਡੰਗਰ ਲੈਂਦੇ ਨਹੀਂ ਵੀਰ। ਬਿਲਕੁਲ। ਠੀਕ ਆ। ਤੇ ਕਿੰਨਾ ਮੁੱਲ ਕਰਤਾ ਇਹਦਾ ਜੀ? ਇਹਦਾ ਮੁੱਲ ਜੀ ਭਾਵੇਂ ਕਰ ਲਓ, ਵੇਖੋ ਬਾਜ਼ਾਰ ਦੇ ਹਿਸਾਬ ਨਾਲ 70 ਹੀ ਕਰ ਲਈਏ। ਆਪਾਂ 62 ਚੋਂ ਮਾਨਤਨ ਕਰ ਜਾਂਗੇ। 62,000 ਦੇ ਵਿੱਚੋਂ? ਹਾਂ, ਜਾਣੀ 70 ਤੋਂ ਸਿੱਧਾ ਹੀ 8,000 ਟਾਪ। ਠੀਕ ਆ। 62,000 ਚੋਂ ਛੋਟ ਕਰ ਦਿਆਂਗੇ। 62,000 ਦੇ ਵਿੱਚੋਂ ਵੀ ਜਿਹੜੀ ਛੋਟ ਹੋ ਜੂਗੀ। ਠੀਕ ਆ। ਤੇ ਹਾਂ, ਕੋਈ ਦੂਰੋਂ ਨੇੜੇ ਸੱਜਣ ਹੁੰਦਾ ਛੋੜ ਤੇ ਜ਼ਰੂਰ ਕਰਾਉਂਦਾ। ਬਿਲਕੁਲ ਬਿਲਕੁਲ ਜੀ। ਬਾਕੀ ਥਣ ਤੋਂ ਜਿਹੜੇ ਦੋਸਤੋ ਵੇਖੋ ਤੁਸੀਂ, ਬਿਲਕੁਲ ਮੁੱਠੀ ਵਾਲਾ ਥਣ ਆ। ਠੀਕ ਆ। ਅਤੇ ਚਵਾਈ ਵਧੀਆ ਹੈਗੀ ਆ, ਕਿਉਂਕਿ ਪੱਧਰ ਥਣ ਦੇ ਵਾ ਲੱਗਾ ਝੋਟੀ ਨੂੰ, ਮੱਝ ਨੂੰ। ਅਤੇ ਦੂਜਾ ਸੂਆ ਸੂਈ ਆ। ਠੀਕ ਆ। ਅਤੇ ਮੁੱਲ ਬਾਈ ਕਹਿੰਦਾ ਵੀ 70,000 ਆ, ਬਾਕੀ 62,000 ਦੇ ਵਿੱਚੋਂ ਵੀ ਜਿਹੜਾ ਥੋੜ੍ਹਾ ਬਹੁਤਾ ਮਾਨਤਾ ਨਾ ਉਹ ਜਦੋਂ ਤੁਸੀਂ ਘਰ ਵਿਜਿਟ ਕੀਤੀ ਤਸੱਲੀ ਕੀਤੀ ਉਸ ਤੋਂ ਬਾਅਦ ਜਿਹੜਾ ਦੋਸਤੋ ਵੀ ਹੋ ਜਾਏਗਾ। ਬਹਿਣੀ ਵਾਲੇ ਪਾਸੇ ਤੋਂ ਵੀ ਜਿਹੜਾ ਤੁਸੀਂ ਇੱਕ ਵਾਰੀ ਥਣ ਵੇਖ ਲਓ। ਠੀਕ ਆ। ਠੀਕ ਆ ਭਾਈ ਜੀ, ਇਸ ਤੋਂ ਤੀਜੇ ਨੰਬਰ ਵਾਲੀ ਜਿਹੜੀ ਝੋਟੀ ਆ ਜੀ, ਇਹ ਪਹਿਲੇ ਸੂਏ ਜੀ, 4 ਦਾ ਦੇ ਆਏ ਕੱਠੀ। ਠੀਕ, ਹਜੇ ਸੂਣਾ ਆਏ ਨੇ? ਹਾਂ ਜੀ, ਸੂਣਾ ਆਏ। ਠੀਕ ਆ ਜੀ, ਝੋਟੀ ਕਹਿ ਲਓ, ਕੱਠੀ ਕਹਿ ਲਓ। ਹਾਂ ਜੀ, ਮੂੰਹ ਚੌਕੀ ਆ? ਹਾਂ ਚੌਕੀ ਆ। ਠੀਕ ਆ, ਮੂੰਹ ਚੌਕੀ ਦੋਸਤੋ
ਝੋਟੀ ਜਿਹੜੀ ਹੈਗੀ ਆ ਨਵੀਂ ਝੋਟੀ ਆ ਪਿਓਰ ਆ ਜਾਵੀ ਬਿਲਕੁਲ ਤੇ ਹਜੇ ਦਿਨ ਲੈ ਜੂ ਹਨਾ ਹਾਂ ਦਿਨ 2-4 ਖੜੂਗੀ ਜੀ ਮੈਂ ਗਿਣਤੀ ਦੇ 3-4 ਦਿਨ ਰਹਿੰਦੇ ਦੇ ਠੀਕ ਆ ਜੀ ਹਾਂ ਬਾਕੀ ਪਿੱਠ ਪੁੱਠੇ ਤਾਂ ਤੁਸੀਂ ਵੇਖੋ ਦੋਸਤੋ ਠੀਕ ਆ ਜੀ ਠੰਡੀ ਇੰਨੀ ਆ ਜਿੱਦਾਂ ਮਰਜ਼ੀ ਹੋਵੇ ਥਣ ਫੜੀ ਜਾਓ ਬਹਿ ਕੇ ਚੋਈ ਜਾਓ ਆ ਕਰੋ ਚੈੱਕ ਜੀ ਚੁੱਕੀ ਜਾਂਦੀ ਇਹ ਨਹੀਂ ਵੀ ਕਿਤੇ ਮੰਨ ਲਓ ਪਹਿਲਾਂ ਨਾ ਕਈ ਲਾਗੇ ਨਹੀਂ ਆਉਂਦੇ ਸੀਗਾ ਆ ਵੇਖੋ ਜਿਹੜਾ ਮਰਜ਼ੀ ਇਕੱਲਾ ਖੜਾ ਸਬਜੈਕਟ ਕਰੀ ਜਾਵੇ ਠੀਕ ਆ ਤੇ ਮਤਲਬ ਹੁਣ ਤਿਆਰੀ ਦੇ ਵਿੱਚ ਦਿਨ ਹਫ਼ਤਾ ਲੈ ਜੂ ਜੇ ਆ 4 ਕੁ ਦਿਨ ਕਹਿੰਦੇ ਜਿਹਨਾਂ ਤੋਂ ਆਪਾਂ ਲਈ ਉਹ ਕਹਿੰਦੇ 4 ਕੁ ਦਿਨ ਰਹਿੰਦੇ ਦੇ ਸੂਨ 'ਚ ਤੇ ਮੰਨ ਲਓ ਵੀ ਰਾਜੀ ਆ ਝੋਟੀ ਹੋ ਸਕਦਾ 2 ਦਿਨ ਉੱਪਰ ਵੀ ਲੈ ਜੇ ਕੋਈ ਲੈ ਕੇ ਜਾ ਵੀ ਸਕਦੀ ਹਾਂ ਬਾਕੀ ਪਾਣ ਚੰਗੀ ਜਾਊਗੀ ਸਾਡੇ ਬਿਲਕੁਲ ਹਾਂਜੀ ਬਾਕੀ ਥਣ ਥੁਣ ਜਿਹੜਾ ਦੋਸਤੋ ਬਹੁਤ ਵਧੀਆ ਚੰਗਾ ਹੁਣ ਬਿਲਕੁਲ ਤੁਹਾਡੇ ਸਾਹਮਣੇ ਜਿਹੜਾ ਕੱਢ ਕੇ ਨੇ ਪੇਸ਼ ਕੀਤਾ ਝੋਟੀ ਨੇ ਤੇ ਇਹ ਕਈ ਵਾਰ ਹੁੰਦਾ ਵੀ ਮੋਸਟਲੀ ਵੀ ਪਹਿਲਾਂ ਝੋਟੀਆਂ ਸੁਣਦੀਆਂ ਨੇ ਤੇ ਵੀ ਥਣ ਬਹੁਤ ਛੋਟੇ ਹੁੰਦੇ ਆ ਬਾਕੀ ਥਣ ਬਹੁਤ ਵਧੀਆ ਠੀਕ ਆ ਬਹੁਤ ਛੋਟਾ ਲੱਗਦਾ ਤੇ ਹਾਂ ਬਾਕੀ ਸਿੰਘ ਸੁੰਘ ਜਿਹੜਾ ਦੋਸਤੋ ਬੰਪਰ ਸੋਹਣੀ ਹੈਗੀ ਆ ਫੇਸ ਦੀ ਕੁਆਲਿਟੀ ਬਹੁਤ ਵਧੀਆ ਹੈਗੀ ਆ ਝੋਟੀ ਦੀ ਤੇ ਜ਼ਰੂਰ ਵੀਰ ਕਿਉਂਕਿ ਬਹੁਤੇ ਵੀਰ ਪਸੰਦ ਕਰਦੇ ਆ ਪਹਿਲਾਂ ਝੋਟੀਆਂ ਪਸੰਦ ਕਰਦੇ ਆ ਉਹਨਾਂ ਲਈ ਖਾਸ ਤੌਰ 'ਤੇ ਆ ਕਿਉਂਕਿ ਹਰ ਇੱਕ ਚੀਜ਼ ਨੂੰ ਬਿਲਕੁਲ ਧਿਆਨ ਦੇ ਵਿੱਚ ਰੱਖ ਕੇ ਵਪਾਰੀ ਵੀਰ ਆ ਕੋਈ ਵੀ ਆ ਜਿਹੜਾ ਕੰਮ ਕਰਦਾ ਐਨੀਮਲ ਆ ਜਿਹੜੇ ਦੋਸਤੋ ਬਿਲਕੁਲ ਠੀਕ ਆ ਇਹਦਾ ਮੁੱਲ ਵੀ ਬਾਈ ਜੀ ਜ਼ਰੂਰ ਦੱਸੀ ਹੁਣ ਇਹਦਾ ਜੀ ਮੁੱਲ 70,000 ਰੁਪਈਆ 70,000 ਹਾਂਜੀ 66,000 ਚੋਂ ਮਾਨਦਾਨ ਕਰਦਾ ਠੀਕ ਆ ਜੀ ਇਹਦਾ 4,000 ਲੈਸ ਅਤੇ ਉਹ 'ਚੋਂ ਛੋਟ ਕਰ ਦਾਂਗੇ 66,000 ਦੋਸਤੋ 66,000 ਦੇ ਵਿੱਚੋਂ ਜਿਹੜੀ ਵੀ ਛੋਟ ਹੋ ਜਾਏਗੀ ਠੀਕ ਆ ਜੀ ਮੁੱਲ 70,000 ਠੀਕ ਆ ਅਤੇ ਸੀਲ ਸਾਊ ਬਹੁਤ ਜ਼ਿਆਦਾ ਹੈਗੀ ਆ ਵੇਖੋ ਠੀਕ ਆ ਅਤੇ ਚਵਾਈ ਭਾਵੇਂ ਬੱਚਾ ਬਹਿ ਕੇ ਕਰੀ ਜਾਵੇ ਆਉਣ ਵਾਲੇ ਸਮੇਂ 'ਚ ਠੀਕ ਆ ਜੀ ਪਸ਼ੂ ਵਧੀਆ ਚਵਾਈ ਕਰਾ ਦੂਗਾ ਕਿਸੇ ਵੀ ਆ ਕਰੋ ਚੈੱਕ ਜੀ ਇੱਦਾਂ ਜਿੱਦਾਂ ਮਰਜ਼ੀ ਆਵੇ ਠੀਕ ਆ ਆ ਜਿੱਦਾਂ ਮਰਜ਼ੀ ਬੈਠੇ ਰਹੋ ਜ਼ਿਆਦਾਤਰ ਪਸ਼ੂ ਕੋਈ ਬਹਿ ਨਹੀਂ ਦਿੰਦਾ ਬਾਈ ਇੱਕ ਹੁੰਦੀ ਗੱਲ ਵੀ ਜਦੋਂ ਪਹਿਲਾਂ ਝੋਟੀਆਂ ਸੂਣੀਆਂ ਨੇ ਹਾਂਜੀ ਹਾਂਜੀ ਅਤੇ ਸ਼ਰੀਫੀ ਹੁੰਦੀ ਆ ਸੀਲ ਸਾਊ ਪਸ਼ੂ ਦੀ ਚੰਗੇ ਡੰਗਰ ਦਾ ਇਹੋ ਵਾਧਾ ਹੁੰਦਾ ਹਾਂਜੀ ਬਿਲਕੁਲ ਆ ਕਰੋ ਜੀ ਚੈੱਕ ਠੀਕ ਆ ਜੀ ਥਣ ਥੁਣ ਬਿਲਕੁਲ ਤਸੱਲੀ ਨਾਲ ਦੇਖ ਲਓ ਦੋਸਤੋ ਠੀਕ ਆ ਜੀ ਅਤੇ ਬਾਕੀ ਹਜੇ ਜਿਹੜਾ ਲੇਵਾ ਹੈਗਾ ਆਰਡਰ ਆ ਉਹ ਹਜੇ ਬਣਾਉਣਾ ਹੈ 4 ਕੁ ਦਿਨ ਵੀ ਜੇ ਬਾਕੀ ਹੋਏ ਤਕਰੀਬਨ ਹੁਣ ਦਿਨਾਂ ਦੇ ਵਿੱਚ ਹੀ ਆ ਜਿਵੇਂ ਜਿਵੇਂ ਦਿਨ ਇਹਦਾ ਨੇੜੇ ਆਉਂਦਾ ਉਸ ਹਿਸਾਬ ਨਾਲ ਜਿਹੜਾ ਹਵਾਨਾ ਹੋਰ ਖੋਲ੍ਹੀ ਜਾਂਦੀ ਹੈ ਠੀਕ ਆ ਝੋਟੀ ਪਿਆਰੀ ਆ ਠੀਕ ਆ ਜੀ ਝੋਟੀ ਜ਼ਰੂਰ ਹੱਥ ਪਾ ਸਕਦੇ ਤੁਸੀਂ ਚਾਰ ਦੰਦ ਮੂੰਹੋਂ ਆ ਠੀਕ ਆ ਰੇਟ ਭਾਅ ਪੜਤਾ ਵੀ ਜਿਸ ਵੀਰ ਨੂੰ ਵੀ ਪਸੰਦ ਹੋਵੇ ਤੁਸੀਂ ਖਾਸ ਤੌਰ 'ਤੇ ਸੰਪਰਕ ਕਰ ਲਿਓ ਦੋ ਹੋਰ ਮੱਝਾਂ ਹੈਗੀਆਂ ਨੇ ਇਹ ਢੁੱਕੀਆਂ ਨੇ ਨਾ ਜੀ ਇਹ ਵੀ ਢੁੱਕੀਆਂ ਠੀਕ ਆ ਅਤੇ ਇਹ ਤਾਂ ਆ ਵਿਖਾਇਓ ਮਾੜਾ ਜਿਹਾ ਫੇਸ ਫੂਸ ਇੱਧਰ ਨੂੰ ਹਾਂ ਖੋਲ੍ਹ ਕੇ ਬਾਹਰ ਇੱਧਰ ਕੱਢ ਲਈਏ ਜੀ ਸੂਆ ਇਹਦਾ ਕਿੰਨਾ ਮੰਨ ਸਕਦੇ ਹਾਂ ਜੀ ਫਿਰ ਹੁਣ ਇਹ ਤੀਸਰੇ ਸੂਏ ਸੁਣੀ ਹੈ ਜੀ ਤੀਜਾ ਸੂਆ ਠੀਕ ਆ ਹਾਈਟ ਜਿਹੜੀ ਬਿਲਕੁਲ ਵੇਖ ਸਕਦੇ ਤੁਸੀਂ ਮੀਡੀਅਮ ਤੋਂ ਪਲੱਸ ਆਪਾਂ ਹਾਈਟ ਕਹਿ ਸਕਦੇ ਆ ਠੀਕ ਆ ਹਾਈਟ ਪੂਰੀ ਆ ਤਕਰੀਬਨ ਤੇ ਲੇਵਾ ਜਿਹੋ ਜਿਹਾ ਮੈਨੂੰ ਲੱਗਦਾ ਵੀ ਜੇਕਰ ਦੋਸਤੋ ਧੁੰਨ ਤੋਂ ਦੇਖੀਏ ਤੇ ਪਿੱਛੇ ਢਿੱਲ ਢੁੱਲ ਬਹੁਤ ਜ਼ਿਆਦਾ ਆ ਲੜ ਲੁੜ ਜਿਹੋ ਜਿਹੇ ਦਿਸ ਰਹੇ ਆ ਵੀ ਤਕਰੀਬਨ ਹਫ਼ਤਾ ਵੀ ਲੈ ਕੇ ਜਾਵੇ ਤੇ ਉੱਪਰ ਵੀ ਦਿਨ ਲੈ ਜੇ ਤੇ ਹਵਾਨਾ ਬਿਲਕੁਲ ਬਣਾ ਕੇ ਤਿਆਰ ਕਰੂਗੀ ਤੇ ਮੱਝਾਂ ਆਲਮੋਸਟ ਜਿਹੜੀਆਂ ਦੋਸਤੋ ਚੰਗੀਆਂ ਹੁੰਦੀਆਂ ਨੇ ਨਰਕ ਪਰਖ ਜਿਹੜੀ ਆ ਤੁਸੀਂ ਕਰਕੇ ਲੈ ਕੇ ਜਾਣੀ ਆ ਠੀਕ ਆ ਜੀ ਪਹਿਲਾਂ ਜੇਕਰ ਲੈ ਕੇ ਜਾਂਦੇ ਆਪਦਾ ਤਿੱਪ ਕੇ ਤਸੱਲੀ ਦੇ ਨਾਲ ਠੀਕ ਆ ਜੀ ਚਾਰੇ ਥਣ ਬਿਲਕੁਲ ਤਸੱਲੀ ਨਾਲ ਤਿੱਪ ਕੇ ਆਪਦਾ ਲੈ ਕੇ ਜਾ ਸਕਦੇ ਜੀ ਠੀਕ ਆ ਬਾਕੀ ਢਿੱਲ ਢੁੱਲ ਵੀ ਜਿਵੇਂ ਹੈਗੀ ਆ ਵੀ ਉਵੇਂ ਲੱਗਦਾ ਵੀ ਘੱਟੋ ਘੱਟ ਜ਼ਿਆਦਾ ਨਹੀਂ ਤੇ ਦੁੱਧ 12-11 ਕਿਲੋ ਆਰਾਮ ਨਾਲ ਦੇ ਦੂ ਹਾਂ ਹਾਂ ਬਿਲਕੁਲ ਛੋਟੇ ਢਿੱਲ ਜੇ ਛੋਟਾ ਛੋਟੀ ਜੇ ਬਹੁਤ ਵੱਟ ਪਏ ਜੇ ਵੇਖੋ
ਲਓ ਵੀ ਦੋਸਤੋ 62,000 ਦੇ ਵਿੱਚੋਂ ਛੋਟ ਹੋਜੂਗੀ ਅਤੇ ਮੱਝ ਵਧੀਆ ਚੰਗੀ ਆ ਅਤੇ ਕਿਉਂਕਿ ਇੱਕ ਗੱਲ ਆ ਦੋਸਤੋ ਵੀ ਘੱਟੋ ਘੱਟ 5 ਮੱਝਾਂ ਨੇ ਤਕਰੀਬਨ 5 ਮੱਝਾਂ ਝੋਟੀਆਂ ਨੇ ਚੁਆਇਸ ਤੁਹਾਡੀ ਆ ਕਿਉਂਕਿ ਬਹੁਤੇ ਵੀਰ ਜਦੋਂ ਆਪਾਂ ਕਈ ਪਿੰਡਾਂ ਦੇ ਵਿੱਚ ਤੁਰ ਫਿਰ ਕੇ ਵੀ ਆਪਾਂ ਨੂੰ ਪਸ਼ੂ ਨਹੀਂ ਸਿਲੈਕਟ ਹੁੰਦਾ ਅਤੇ ਤੁਸੀਂ ਬੇਸ਼ੱਕ ਇੱਥੇ ਘਰ ਵਿਜਿਟ ਕਰ ਲਓ 5 ਮੱਝਾਂ ਹੈਗੀਆਂ ਨੇ ਇੱਕ ਅੱਧੀ ਝੋਟੀ ਜਾਂ ਮੱਝ ਤੁਹਾਨੂੰ ਪਸੰਦ ਆ ਜੂਗੀ ਠੀਕ ਹੈ ਜੀ ਅਤੇ ਆ ਜਾਓ ਭਾਅ ਜੀ ਅਗਲੇ ਪਾਸੇ ਮੱਝ ਇਹ ਵੀ ਬਹੁਤ ਡਬਲ ਆ ਜੀ ਹੈ ਵੱਡੀ ਵੇਟ ਪੂਰਾ ਹੈਗਾ ਜੀ ਬਿਲਕੁਲ ਬਿਲਕੁ�ਲ ਤੇ ਸੂਆ ਕਿਨਵਾ ਜੀ ਇਹਦਾ ਮੰਨੀ ਹੁਣ ਇਹ ਵੀ ਮੰਨ ਕੇ ਚੱਲੋ ਵੀ ਤੀਜੇ ਚੌਥੇ ਸੂਏ ਹੀ ਆ ਤੀਜੇ ਜਾਂ ਚੌਥੇ ਸੂਏ ਬਾਕੀ ਆਪੋ ਆਪਣੀ ਸਮਝ ਆ ਤੀਜਾ ਮੰਨ ਲਓ ਚੌਥਾ ਮੰਨ ਲਓ ਇੱਕ ਅੱਧੇ ਜੋ ਦਾ ਘਰ ਵਾਲਾ ਵੀ ਆਪਾਂ ਨੂੰ ਆਖ ਹੀ ਦਿੰਦਾ ਵੀ ਮੰਨ ਕੇ ਅਸੀਂ ਤੇ ਤੀਜੇ ਕਰਕੇ ਲੈ ਉਹਨਾਂ ਦਿੱਤੀ ਸਾਨੂੰ ਆਪਾਂ ਨੂੰ ਆਖਿਆ ਤੀਜੇ ਆ ਬਿਲਕੁਲ ਪਰ ਤੁਸੀਂ ਚੌਥੇ ਮੰਨ ਕੇ ਚੱਲੋ ਰਾਜੀ ਬਹੁਤ ਜ਼ਿਆਦੀ ਮੱਝ ਠੀਕ ਆ ਚੌਥਾ ਸੂਆ ਮੰਨ ਲਓ ਚਾਹੇ ਤੀਜਾ ਮੰਨ ਲਓ ਦੋਸਤੋ ਬਾਕੀ ਹਵਾਨਾ ਜਿਹੋ ਜਿਹਾ ਮੈਨੂੰ ਲੱਗਣ ਡਿਆ ਵੀ ਬਣਾਉ ਇਹ ਵੀ ਵਾਵਾ ਤਕੜਾ ਹਵਾਨਾ ਜੀ ਹੋ ਸਕਦਾ ਚੱਲ ਵੀ ਪਵੇ ਆਪਾਂ ਤਿੰਨਾਂ ਦੇ ਪੈਸੇ ਲਵਾਂਗੇ ਕਿਉਂ ਜਿਹੜੇ ਹਿਸਾਬ ਨਾਲ ਆਪਾਂ ਮੁੱਲ ਕਰਨਾ ਹੈ ਅੱਜ ਵੇਖੀਏ ਏਡੇ ਵਜਨ ਵਾਲੀ ਮੈਂ 80-85 ਤੋਂ ਘੱਟ ਤੋਂ ਬਾਹਰ ਆਪਾਂ ਨੂੰ ਨਹੀਂ ਮਿਲਣੀ ਠੀਕ ਹੈ ਜੀ ਬਿਲਕੁਲ ਇਹਦੇ ਵਿੱਚ ਆਪਾਂ ਉਸ ਹਿਸਾਬ ਨਾਲ ਰੇਟ ਵੀ ਉਹ ਥਾਂ ਦਾ ਦੇਵਾਂਗੇ ਬਾਕੀ ਜੇ ਚੱਲ ਪਏ ਤੇ ਅਗਲੇ ਦੀ ਕਿਸਮਤ ਆਪਾਂ ਤਿੰਨਾਂ ਥਾਂ ਦੀ ਕਰਾਂਗੇ ਬਾਕੀ ਚਿੱਪਣ ਚੁੱਪਣ ਮਿਲ ਗਈ ਹਾਂ ਉਹਨਾਂ ਦੇ ਵਿੱਚ ਉਹਨਾਂ ਦੀ ਗਰੰਟੀ ਹੋਊਗਾ ਵੀ ਠੀਕ ਆ ਹਾਂਜੀ ਅਗਲਾ ਦੋਸਤੋ ਜੇ ਕੋਈ ਸੱਜਣੇ ਇੱਥੇ ਅਣ ਕੇ ਟਿੱਪ ਕੇ ਖੜ ਸਕਦਾ ਉਹ ਉਦੋਂ ਬਿਹਤਰ ਨਹੀਂ ਤੇ ਆਪਾਂ ਜੇ ਆਪਾਂ ਕਰਾਂਗੇ ਤਿੰਨਾਂ ਥਾਂ ਦੀ ਗਰੰਟੀ ਦੇ ਕਰਾਂਗੇ ਠੀਕ ਆ ਜ਼ਰੂਰ ਤੁਸੀਂ ਜਿਹੜਾ ਦੋਸਤੋ ਨੋਟ ਕਰ ਲਿਓ ਠੀਕ ਆ ਜੀ ਮੱਝ ਜਿਹੜੀ ਵੱਡੀ ਆ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਕਿਉਂਕਿ ਜਿਹੜੀ ਜ਼ਰੂਰੀ ਗੱਲ ਹੁੰਦੀ ਆ ਕਿਉਂਕਿ ਦੂਰੋਂ ਨੇੜੇ ਤੁਸੀਂ ਚੱਲ ਕੇ ਆਉਣਾ ਇੱਕ ਥਾਂ ਜਿਹੜਾ ਬਹਿਣੀ ਵਾਲਾ ਅਗਲਾ ਥਾਂ ਹੈਗਾ ਠੀਕ ਆ ਜੀ ਉਹ ਤਿਲ ਹੈਗਾ ਤਕਰੀਬਨ ਉਹ ਚੱਲਦਾ ਨਹੀਂ ਹੈਗਾ ਬੇਸ਼ੱਕ ਨਾ ਚੱਲਦੇ ਬਹਿਣੀ ਵਾਲਾ ਅਗਲਾ ਥਾਂ ਜੀ ਠੀਕ ਆ ਅਗਲਾ ਥਾਂ ਹੈ ਤੇ ਬਾਕੀ ਜਿਹੜੀ ਆ ਗ੍ਰੇਡਰ ਦੇ ਵਿੱਚ ਜਿਹੜੀ ਦੋਸਤੋ ਇਹ ਮੱਝ ਆ ਜਾਂਦੀ ਹੈ ਤਕਰੀਬਨ ਮੱਥਾ ਬੱਲਾ ਮਣਕੀ ਆਖਾ ਠੀਕ ਆ ਜੀ ਅਤੇ ਇੱਕ ਜ਼ਰੂਰ ਤੁਸੀਂ ਗੱਲ ਬਸ ਇਹੋ ਧਿਆਨ ਦੇ ਵਿੱਚ ਰੱਖ ਲਿਓ ਦੂਰੋਂ ਨੇੜਿਓਂ ਕਿਸੇ ਵੀਰ ਨੇ ਚੱਲ ਕੇ ਆਉਣਾ ਅਤੇ ਠੀਕ ਆ ਜੀ ਫੇਸ ਦੀ ਕੁਆਲਿਟੀ ਦੇਣ ਹਜੇ ਦਸ ਕੁ ਦਿਨ ਲੈ ਜੂ ਹੈ ਬਾਕੀ ਬੋਡੀ ਵਜਨ ਪੂਰਾ ਹੈਗਾ ਵੇਟ ਵੂਟ ਪੂਰਾ ਹੈਗਾ ਚੰਗਾ ਜੀ ਭਾਰੀ ਹੈ ਸਰੀਰ ਵਾਲੇ ਪਾਸਿਓਂ ਵੇਖੀਏ ਤਾਂ ਪੂਰੀ ਭਾਰੀ ਵਜਨ ਵਾਲੀ ਮੱਝ ਆ ਫੁੱਲ ਵਜਨ ਚ ਠੀਕ ਆ ਤੇ ਦੁੱਧ ਵਜਨ ਦਾ ਵੀ 13 ਲੀਟਰ ਤਕਰੀਬਨ 13 ਲੀਟਰ ਤਿੰਨਾਂ ਥਾਂ ਦੇ ਵਿੱਚੋਂ ਹੀ ਆ ਠੀਕ ਆ ਬਾਕੀ ਗਾੜ ਚੰਗੇ ਪਸ਼ੂ ਦੀ ਜੇਕਰ 12 ਲੀਟਰ ਤੋਂ ਪਲੱਸ ਵਾਲੇ ਪਸ਼ੂ ਦੀ ਗੱਲ ਕਰੀਏ ਨਾ ਤਾਂ 2 ਤੋਂ 2.5 ਲੀਟਰ ਗਾੜ ਹੁੰਦੀ ਆ 2 ਲੀਟਰ ਵੀ ਆਪਾਂ ਕਹਿ ਲਈਏ ਵੀ 2 ਕੁ ਲੀਟਰ ਬਹੁਤ ਹੁੰਦਾ ਜੇਕਰ ਪਸ਼ੂ ਕੋਈ 12-13 ਕਿਲੋ ਚਵਾਉਂਦਾ ਤੇ ਜਿਹੜਾ ਅਗਲਾ ਥਾਂ ਆ ਤੁਸੀਂ ਉਹੀ ਮੰਨ ਸਕਦੇ ਹੋ ਤਕਰੀਬਨ ਕਿਲੋ ਵੀ ਉਲਟ ਬਹਿਣੀ ਵਾਲਾ ਥਾਂ ਚੋਂ ਕੱਢ ਲਾਂਗੇ ਤੇ ਇੱਕ ਬਿਲਕੁਲ ਜਿਹੜਾ ਅਗਲਾ ਥਾਂ ਹੈ ਉਹ ਬੰਦ ਹੈਗਾ ਉਹ ਜ਼ਰੂਰ ਧਿਆਨ 'ਚ ਰੱਖ ਲਿਓ ਬਾਕੀ 12-13 ਲੀਟਰ ਜਿਹੜਾ ਦੁੱਧ ਆ ਇਸ ਮੱਝ ਨੇ ਚਵਾਈ ਜਾਣਾ ਠੀਕ ਆ ਅਜੇ ਬਣਦੀ ਬੁਣਦੀ ਪੂਰਾ ਪਈ ਹੈ ਕਿਉਂਕਿ ਦੋਸਤੋ ਵੱਟ ਫੁੱਟ ਜਿਹੜੇ ਹੈਗੇ ਢਿੱਲਾਂ ਢੁੱਲਾਂ ਤੁਸੀਂ ਆਮ ਦੇਖ ਲੈਣੀਆਂ ਢਿੱਲਾਂ ਢੁੱਲਾਂ ਜਿਹੜੀਆਂ ਬਹੁਤ ਜ਼ਿਆਦੀਆਂ ਨੇ ਠੀਕ ਆ ਬਿਲਕੁਲ ਤਿਆਰੀ ਜੀ ਜਦੋਂ ਹੋਈ ਉਦੋਂ ਥੋੜ੍ਹਾ ਜਿਹਾ ਹੋਰ ਹੋਊਗੀ ਗੱਲਬਾਤ ਕਿਉਂਕਿ ਜਿਵੇਂ ਦੀ ਉੱਪਰੋਂ ਸਰੀਰ ਨੂੰ ਭਾਰੀ ਆ ਹਵਾਨਾ ਵੀ ਬਿਲਕੁਲ ਜਿਵੇਂ ਦਾ ਲੱਗਾ ਹੈਗਾ ਵੀ ਤਕਰੀਬਨ ਬਹੁਤ ਥਣ ਵੀ ਸੋਹਣਾ ਹੈਗਾ ਅਤੇ ਹਵਾਨਾ ਵੀ ਚੰਗਾ ਖੁੱਲ੍ਹਣਾ ਇਸ ਮੱਝ ਨੇ ਇਹਦਾ ਭਾਅ ਜੀ ਲੈ ਦੇ ਮੁੱਲ ਕੀ ਕਰਦੇ ਹਾਂ ਅਤੇ ਕੀ ਛੋਟ ਛਾਟ ਕਰਦੇ ਰਾਜਵੀਰ ਵੇਖੋ ਤੁਹਾਨੂੰ ਦੱਸਣ ਡਿਆ ਵੀ ਜੇ ਚਾਰੇ ਥਾਂ ਚੱਲਦੇ ਹੁੰਦੇ ਹਾਂਜੀ 80-85 ਹਜ਼ਾਰ ਦੀ ਜਿਹੋ ਜਿਹਾ ਬਾਜ਼ਾਰ ਚੱਲਣ ਡਿਆ ਬਿਲਕੁਲ ਜੀ ਆਪਾਂ ਇਹਦਾ ਮੁੱਲ 60 ਕਰਦੇ ਹਾਂ
ਆਪਾਂ ਇਹਦਾ 56,000 ਚੋਂ ਮਾਨਦਾਨ ਕਰਾਂਗੇ। 56 ਦੇ ਵਿੱਚੋਂ? ਹਾਂਜੀ, ਉੱਚੋ ਛੋੜ ਕਰਾਂਗੇ, ਕੋਈ ਮਹਿੰਗੀ ਨਹੀਂ ਹੈ ਨਾ ਵੈਸੇ, ਨਹੀਂ ਬਿਲਕੁਲ 40,000 ਗੱਲ ਇੱਕ ਆ ਵੀ ਇੱਕ ਨੋਰਮਲੀ ਆਪਾਂ ਗੱਲ ਵੇਖੀ ਹੈ ਨਾ, ਉੱਪਰੋਂ ਵੀ ਪੂਰੀ ਆ, ਹਵਾਨੇ ਵਾਲੇ ਪਾਸੇ ਵੀ ਤਾਂ ਪਸ਼ੂ ਪਰਫੈਕਟ ਹੀ ਚਾਹੀਦਾ ਹੁੰਦਾ ਆਪਾਂ ਨੂੰ, ਚਾਰੇ ਥਾਂ ਚੱਲਦੇ ਚਾਹੀਦੇ। ਚਲੋ ਗਾਂ ਆ, ਗਾਂ ਦੇ ਆਪਾਂ ਜੇ ਕਿਸੇ ਬੰਨਣੀ ਹੁੰਦੀ ਉਹਨੂੰ ਛੱਡ ਦਿੰਦੇ ਹਾਂ। ਇਹ ਮੈਂ ਨਾ ਵੀ ਚਲੋ ਮਹਾਰਾਜ ਇਹੋ ਜਿਹੀ ਗੱਲ ਨਾ ਕਢਾਵੇ ਜਿਹੜੀ ਮੈਂ ਗੱਲ ਕਰਨ ਲੱਗਾ, ਜਿੰਨਾ ਵਜਨ ਵੱਟਾ 40,000 ਦੀ ਮੈਂ ਇੱਦਾਂ ਹੀ। ਬਿਲਕੁਲ ਜੀ, ਹਾਂਜੀ, ਸਿਰਫ ਉੱਤੇ ਰਹਿ ਗਿਆ ਸਾਡਾ 16,000 ਰੁਪਇਆ। ਬਿਲਕੁਲ, 16,000 ਤੇ ਸੂਆ ਪੀਓ ਆਪਦਾ, ਮਜ਼ੇ ਲਓ, ਨਾਲੇ ਸਾਰੀ ਗਰਮੀ ਸੂਆ ਪੀਤਾ ਜਾਣਾ। ਹਾਂ, ਸੂਆ ਪੀਤਾ ਜਾਣਾ, ਠੀਕ ਆ। ਫਿਰ ਗਾਂ ਕੋ ਫਲ ਚੰਗਾ ਦੇਤਾ ਤੇ ਉਦੋਂ ਬਿਹਤਰ ਹੋ ਜਾਊ। ਬਿਲਕੁਲ, ਕੋਈ ਕੱਟੀ ਆ ਗਈ ਉਹ ਵੀ ਵਾਧੇ ਬੰਦੀ ਆ ਜੀ, ਵਾਧੇ ਬੰਦੀ, ਕੋਈ ਚੀਜ਼ ਵੀ ਕੱਟੀ ਦਾ ਬੋਲੋ ਨਾ, ਕੱਟੇ ਦਾ ਅੱਜ ਕੱਲ ਉਹਨਾਂ, ਠੀਕ ਆ। ਹਾਂਜੀ, ਲਓ ਵੀ ਦੋਸਤੋ ਸਾਰੀਆਂ ਗੱਲਾਂ ਨੋਟ ਕਰ ਲਿਓ ਮੇਰਾ ਵੀਰ ਬਣ ਕੇ, ਠੀਕ ਆ ਜੀ। ਇੱਕ ਇੱਕ ਗੱਲ ਹੈਗੀ ਸੀ ਜਿਹੜੀ ਮੱਝ ਕਿਸੇ ਪਾਸੇ ਵੀ ਨਹੀਂ ਆਪਾਂ ਕਹਿ ਸਕਦੇ ਖੁੰਜੀ, ਪਰ ਇੱਕ ਗੱਲ ਸੀ ਜਿਹੜੀ ਅਗਲੇ ਥਣ ਦੇ ਵਿੱਚ ਤੁਹਾਨੂੰ ਕਹਿ ਦਿੱਤਾ ਵੀ ਅਗਲੇ ਥਲੋਂ ਤੁਸੀਂ ਤਿਲ ਮੰਨ ਕੇ ਲੈ ਕੇ ਜਾਣੀ ਹੈ, ਠੀਕ ਆ। ਮੰਨ ਲਓ ਤੁਸੀਂ ਵੀਡੀਓ ਦੇ ਵਿੱਚ ਕਹਿੰਦਾ ਚਾਰੇ ਥਣ ਇੱਕੋ ਜਿਹੇ ਹੁੰਦੇ ਆ, ਇਹ ਆਪਣਾ ਦੱਸਣ ਦਾ ਫਰਜ਼ ਆ। ਬਿਲਕੁਲ, ਤੇ ਜਿਹੋ ਜਿਹੇ ਢਿੱਲ ਢੁੱਲ ਹੈਗੀ ਆ ਹਵਾਨਾ ਲੇਵਾ ਬਣਾ ਕੇ ਤਿਆਰ ਕਰੂਗੀ, ਕਿਉਂਕਿ ਦਿਨ ਹਜੇ 10 ਬਾਕੀ ਆ, 10 ਤੋਂ ਵੀ ਮਸਾ ਉੱਪਰ ਲੈ ਜੇ। ਹਾਂਜੀ, ਚੌਂ ਥਣਾਂ ਦੀ ਗਰੰਟੀ, ਹਾਂਜੀ, ਇਹਦੀ ਤਿੰਨਾਂ ਥਣਾਂ ਦੀ ਗਰੰਟੀ ਜੀ, ਪਿੱਛੇ ਦੀ ਸਾਡੀ ਗਰੰਟੀ ਹੋਊ, ਠੀਕ ਆ। ਜੇ ਭਾਰ ਕਿਤੇ ਵਿਖਾ ਦੇਣ ਪਿੱਛਾ ਵਿਖਾ ਦੇਣ, ਬਿਲਕੁਲ ਸਾਡੀ ਜ਼ਿੰਮੇਵਾਰੀ ਹੋਊ। ਬਿਲਕੁਲ, ਹਾਂਜੀ, ਤੇ ਦਿਨ ਤਕਰੀਬਨ ਜਿੰਨੇ ਕੁ ਆਪਾਂ ਦੱਸਿਆ, ਕੋਈ ਆਹ ਦੇਖੋ 5-6 ਦਿਨ ਤੇ 10 ਦਿਨ ਵੀ ਖੜ ਸਕਦੀ, ਹਫ਼ਤਾ ਵੀ ਖੜ ਸਕਦੀ। ਬਿਲਕੁਲ ਜੀ, ਹਾਂਜੀ, ਇਹ ਤੁਹਾਡੇ ਸਾਹਮਣੇ ਹੀ, ਬਿਲਕੁਲ ਦਿਸ ਹੀ ਜਾਂਦਾ ਪਿਆ ਨਾਲੇ। ਹਾਂ, ਠੀਕ ਆ। ਇਹ ਅੱਜ ਬਾਈ ਜੀ ਆਪਣੇ ਕੋਲ 5 ਪਸ਼ੂ ਸੀ। ਹਾਂਜੀ ਹਾਂਜੀ, 5-2 ਉਹਨਾਂ ਦਾ ਤੁਹਾਨੂੰ ਦੱਸਿਆ ਵੀ ਚੱਲਣ ਡਿਆ ਸੌਦਾ, ਚੱਲਣ ਡਿਆ ਪਹਿਲੀ ਨੀਲੀ ਰਵੀ ਦਾ। ਹਾਂ, ਤੇ ਜੇ ਉਹਨਾਂ ਨਾਲ ਕੋਈ ਹੋਊਗੀ ਕੋਈ ਡਿਸਮਿਸ, ਫਿਰ ਆਪਣਾ ਫੋਨ ਤੇ ਮੇਰੇ ਨਾਲ ਵੀ ਕਨੈਕਟ ਕਰ ਲਵੇ। ਮਤਲਬ ਜੇ ਕਿਸੇ ਖਰੀਦਣੀ ਹੋਊਗੀ ਉਹਨੇ ਫੋਨ ਕਰ ਹੀ ਲੈਣਾ, ਉਹਦੇ ਤੋਂ ਵੀ ਵਪਾਰੀ ਭਰਾ ਆਇਆ, ਉਹਨੇ ਕਿਹਾ ਵੀ ਮੇਰਾ ਰੇਟ ਨਾ ਪਾਵੇ। ਬਿਲਕੁਲ ਜੀ, ਉਹਨੇ ਵੇਚਣੀ ਹੈ ਜਾ ਕੇ। ਬਿਲਕੁਲ, ਹਾਂਜੀ, ਨਹੀਂ ਉਹ ਸਾਰੇ ਵੀਰ ਜ਼ਰੂਰ ਸਮਝ ਲੈਂਦੇ ਆ ਜੀ। ਹਾਂਜੀ ਹਾਂਜੀ, ਠੀਕ ਆ। ਤੇ ਬਾਕੀ ਝੋਟੀ ਆ ਵੀ ਸੋਹਣੀ ਹੈਗੀ ਦੋਸਤੋ, ਠੀਕ ਆ, ਝੋਟੀ ਚੰਗੀ ਆ, ਥਣਾਂ ਦੀ ਪਿੱਛੇ ਦੀ ਗਰੰਟੀ ਆ, ਠੀਕ ਆ, ਪਿੱਛੇ ਪੁੱਛੇ ਵੱਲੋਂ ਵੀ ਬਾਕੀ ਥਣਾਂ ਦੀ ਵੀ ਪੂਰੀ ਗਰੰਟੀ ਆ, ਠੀਕ ਆ, ਜ਼ਰੂਰ ਧਿਆਨ 'ਚ ਰੱਖ ਲਿਓ, ਮੇਨ ਚੀਜ਼ਾਂ ਇਹ ਦੋ ਹੁੰਦੀਆਂ ਨੇ। ਬਿਲਕੁਲ ਬਿਲਕੁਲ, ਠੀਕ ਆ, ਇਹ ਦੋ ਚੀਜ਼ਾਂ ਦੀ ਜਿਹੜੀ ਪੂਰੀ ਗਰੰਟੀ ਆ, ਕਿਸੇ ਪਸ਼ੂ ਦੀ ਪਿੱਛੇ ਦੀ ਜਿਹੜੀਆਂ ਕੱਪਾਂ ਨੇ ਖਾਸ ਤੌਰ ਤੇ, ਤੇ ਥਣਾਂ ਦੀ, ਠੀਕ ਆ ਜੀ। ਇੱਕ ਜਿਹੜੀ ਹੈਗੀ ਸੀ ਉਹ ਜ਼ਿਕਰ ਕਰ ਦਿੱਤਾ ਖਾਸ ਤੌਰ ਤੇ, ਇੱਕ ਥਣ ਜਿਹੜਾ ਵੀ ਨਹੀਂ ਚੱਲਦਾ ਬਹਿਣੀ ਅਗਲਾ, ਮਗਰਲੇ ਥਾਂ ਦੀ ਥੋੜੀ ਹੋਰ ਗੱਲ, ਪਰ ਅਗਲਾ ਥਾਂ ਚਲੋ ਇੰਨਾ ਵੀ ਥੋੜਾ ਜਿਹਾ ਐਡਜਸਟਮੈਂਟ ਹੋ ਜਾਂਦਾ ਹੈ। ਬਣੀ ਹੁੰਦਾ, ਮੰਨ ਲਓ ਜੇ 2.5 ਕਿਲੋ ਗਾੜ ਹੋਈ ਤੇ 1 ਕਿਲੋ ਦੁੱਧ ਹੀ ਉੱਡਣਾ ਹੈ। ਬਿਲਕੁਲ ਜੀ, ਹਾਂ ਜੀ, ਜੇ ਉਹਨਾਂ ਮਗਰਲਿਆਂ ਚੋਂ ਹੀ ਆਪਾਂ ਵੇਖੋ ਦੁੱਧ 10,000 ਲੀਟਰ ਆਮ ਨਾਲ ਦੇ ਦੋਗੀ, ਬੱਚੇ ਨੂੰ ਇੱਕ ਥਾਂ ਅਗਲਾ ਛੱਡ ਕੇ, ਠੀਕ ਆ, ਤੇ ਉਹਦਾ 13 ਲੀਟਰ ਦੁੱਧ ਦਿੰਦੀ ਮੱਝ ਤਿੰਨਾਂ ਥਾਂ ਚੋਂ। ਇੱਕ ਬਾਈ ਦਲੇਰ ਜੀ ਜਿਹੜੇ ਸੰਪਰਕ ਨੰਬਰ ਵੀ ਜ਼ਰੂਰ ਦੱਸ ਦਿਓ। ਹਾਂ ਜੀ, ਨੰਬਰ ਹੈਗਾ ਜੀ ਪਿੰਡ ਹੈਗਾ ਡੱਲ, ਨਾਮ ਦਲੇਰ ਸਿੰਘ, ਨੰਬਰ ਹੈਗਾ 97792-99006। ਇੱਕ ਹੋਰ ਨੰਬਰ ਹੈਗਾ ਜੀ, ਉਹ ਹੈਗਾ ਜੀ 99146-54064। ਇਹ ਦੋ ਨੰਬਰ ਤਾਂ ਦੱਸੇ ਵੀ ਜੇ ਉੱਥੇ ਕੋਈ ਪਹਿਲੇ ਵਾਲੇ ਦੇ ਕੋਈ ਪ੍ਰੋਬਲਮ ਆਵੇ ਤੇ ਇੱਥੇ ਲਾ ਸਕਦੇ। ਜ਼ਰੂਰ ਜੀ, ਹਾਂਜੀ। ਸੋ ਦੋਸਤੋ, ਅੱਜ ਘੱਟੋ ਘੱਟ 5 ਨਗ ਸੀਗੇ, 5 ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾਈਆਂ ਨੇ, ਠੀਕ ਆ। ਹਾਂਜੀ, ਨਵੇਂ ਡੰਗਰ ਸਾਰੇ ਪਸ਼ੂ ਨਵੇਂ ਆ, ਨਹੀਂ ਹੈਗਾ ਨਾ ਪਸ਼ੂ ਨਵੇਂ ਆ, ਤੁਸੀਂ ਮੋਸਟਲੀ ਇਸ ਘਰੋਂ ਲੈ ਕੇ ਵੀ ਜਾਂਦੇ ਜੇ, ਠੀਕ ਆ ਜੀ। ਬਾਕੀ ਤੁਸੀਂ ਆਪਦਾ ਰਿਵਿਊ ਜਿਹੜਾ ਹੈਗਾ ਕਮੈਂਟਾਂ ਦੇ ਵਿੱਚ ਜ਼ਰੂਰ ਦੇ ਦਿਆ ਕਰੋ, ਕਿਉਂਕਿ ਬਾਈ ਦਲੇਰ ਤੋਂ ਵੀ ਤੁਸੀਂ ਪਸ਼ੂ ਖੜਦੇ ਹੋ, ਲੈ ਕੇ ਜਾਂਦੇ ਹੋ, ਹੋਰ ਵੀ ਕਈ ਵਪਾਰੀ ਵੀਰ ਜਿਹਨਾਂ ਤੋਂ ਪਸ਼ੂ ਲੈ ਕੇ ਜਾਂਦੇ ਹੋ, ਤੇ ਕਮੈਂਟ ਸੈਕਸ਼ਨ ਆਪਣਾ ਸਦਾ ਲਈ ਆਉਣਾ ਹੈਗਾ। ਤੁਸੀਂ ਜਿਹੜਾ ਪਸ਼ੂ ਤੁਹਾਨੂੰ ਚੰਗਾ ਲੱਗਦਾ ਉਹਨੂੰ ਐਪਰੀਸ਼ੀਏਟ ਵੀ ਕਰਿਆ ਕਰੋ, ਠੀਕ ਹੈ ਜੀ। ਕੰਮ ਨੂੰ ਵੀਰ ਜੀ ਬੇਨਤੀ ਆ, ਜਦੋਂ ਵੀ ਆਪਾਂ ਮੰਨ ਲਾ ਵੀਡੀਓ ਵੇਖਣ ਡਏ ਆ, ਸਾਰਾ ਪਰਿਵਾਰ ਸਾਰੇ ਘਰ ਦੇ ਮੈਂਬਰ ਵੇਖ ਕੇ ਫਿਰ ਕਾਲ ਕਰਿਆ ਕਰੋ, ਫਿਰ ਸਾਨੂੰ ਸਾਈ ਪਾਇਆ ਕਰੋ, ਸਲਾਹ ਮਸ਼ਵਰੇ ਨਾਲ, ਸਲਾਹ ਮਸ਼ਵਰਾ ਕਰਕੇ। ਫਿਰ ਮੰਨ ਲਓ ਇੱਕ ਸਲਾਹ ਕਰਨ ਡਿਆ ਵੀ ਤਾਂ ਦੂਜਾ ਬੰਦਾ ਸਾਨੂੰ ਸਾਈ ਪਾ ਦਿੰਦਾ ਤੇ ਉਹ ਦੂਜਾ ਨਾਰਾਜ਼ ਹੋ ਜਾਂਦਾ। ਉਹ ਪਿਛਲੀ ਤੁਸੀਂ ਵੀਡੀਓ ਪਾਈ ਸੀ, ਉਹ ਇੱਥੋਂ ਵੀਰ ਮੱਖੀ ਦੇ ਲੈ ਗਏ ਸਾਡੇ ਲਾਗੇ ਮੱਖੀ ਕਰ, ਉਹ ਪਹਿਲੇ ਨੇ ਸਲਾਹ 'ਚ ਟਾਈਮ ਲਗਾਤਾ, ਦੂਜੇ ਨੇ ਸਾਈ ਪਾਤੀ, ਉਹ ਫਿਰ ਵੀਰ ਮੇਰੇ ਨਾਲ ਫੋਨ ਤੇ ਨਾਰਾਜ਼ ਹੋਵੇ ਵੀ ਯਾਰ ਮੈਨੂੰ ਮੇਰੀ ਸਾਈ ਨਹੀਂ ਪਵਾਈ। ਉਹ ਇਹਨਾਂ ਵੀ ਉਹ ਪਹਿਲਾਂ ਦਾ ਵੀ ਘਰਦਿਆਂ ਨੂੰ ਵਿਖਾਉਣੀ ਆ, ਤੇ ਜਦੋਂ ਵੀ ਮੰਨ ਲਓ ਆਪਾਂ ਫੋਨ ਲਾਉਣਾ ਨਾ, ਪਹਿਲਾਂ ਆਪਣੀ ਹੌਸ ਲੈਣਾ, ਵੀਡੀਓ ਵੇਖੋ, ਜਿਹੜਾ ਵੀ ਤੁਹਾਨੂੰ ਪਸ਼ੂ ਚੰਗਾ ਲੱਗਦਾ, ਸਾਡੇ ਤੇ ਯਕੀਨ ਆ, ਤੇ ਅੱਜ ਕੱਲ੍ਹ ਯਕੀਨਾਂ ਤੇ ਗੱਡੀਆਂ ਚੱਲਦੀਆਂ, ਜੇ ਮੰਨ ਲਓ ਜਿਹਦੀ ਸੱਚਾਈ ਆ ਉਹਦਾ ਤਾਂ ਡੰਗਰ ਵਿਕਣੇ ਹੀ ਵਿਕਣੇ। ਹੁਣ ਤੁਸੀਂ ਸਾਹਮਣੇ ਤੁਹਾਡੇ ਆਇਆ ਜੀ, 6 ਦੀ ਤਰੀਕ ਦੀ ਤੁਸੀਂ ਵੀਡੀਓ ਪਾਈ, 7 ਨੂੰ ਛੱਡੀ, ਉਦੋਂ ਬਾਅਦ
ਜਾਣੀ ਵਿੱਚ 8-9 ਡੰਗਰ ਫੇਰ ਲਿਆ ਕੇ ਵੇਚਦੇ ਆ, ਵਿਕਦੇ ਆ ਜੀ। ਹਾਂਜੀ, ਤੇ ਉਹਨਾਂ ਦੇ ਵਿੱਚੋਂ ਵੇਖ ਲਓ ਕੋਈ ਆਪਣੇ ਕੋਲ ਡੰਗਰ ਹੈਗਾ, ਨਵੇਂ ਡੰਗਰ ਆ ਦੋਸਤੋ, ਨਵੇਂ ਪਸ਼ੂ ਆ, ਜਿਹੜੀ ਉਹ ਪਾਉਂ ਇੱਕ ਗਾਂ ਵੇਖੀਆਂ, ਕਿਤੇ ਕਿਤੇ ਜੇ ਕੋਈ ਗਾਂ ਵੱਜ ਜਾਵੇ ਤੇ ਲੈ ਲੈਣਾ ਨਾਲ ਨਹੀਂ। ਬਿਲਕੁਲ ਬਿਲਕੁਲ। ਹਾਂਜੀ, ਜੇ ਕੋਈ ਚਾਹਵਾਨ ਹੋਵੇ ਗਾਂ ਦਾ, ਗਾਂ ਵੀ ਫਿਰ ਆਪਾਂ ਲੱਭ ਲੈਣੀ। ਬਿਲਕੁਲ। ਹਾਂਜੀ, ਠੀਕ ਆ। ਤੇ ਪਿਛਲੀ ਵੀਡੀਓ ਵਿੱਚ ਜਿਹੜੇ ਦੋਸਤੋ ਪਸ਼ੂ ਸੀਗੇ, ਠੀਕ ਆ ਜੀ, ਉਹ ਬਿਲਕੁਲ ਉਸੇ ਦਿਨ ਸੇਮ ਦੇ ਜਾਂ ਅਗਲੇ ਦਿਨ ਮਤਲਬ ਕਿ ਬਿਲਕੁਲ ਉਹ ਵਿਕਰੀ ਜਿਹੜੀ ਜਿਹੜੇ ਦੋਸਤੋ ਪਾਏ ਸੀ ਆਪਾਂ, ਬਿਲਕੁਲ ਸੇਲ ਹੋ ਗਏ ਸੀਗੇ। ਅੱਜ ਬਿਲਕੁਲ ਨਿਊ ਪਸ਼ੂ ਆ, ਠੀਕ ਆ ਜੀ। ਤੇ ਸੰਪਰਕ ਤੁਸੀਂ ਬਾਈ ਦਲੇਰ ਦੇ ਨਾਲ ਕਰਨਾ, ਪਸ਼ੂ ਤਕਰੀਬਨ 5 ਨੇ, ਆਪਦਾ ਦੂਰੋਂ ਨੇੜਿਓਂ ਪਹੁੰਚ ਕੇ ਤਸੱਲੀ ਨਾਲ ਤੁਸੀਂ ਵੀ ਆਪਦੀ ਜਿਹੜੀ ਹੈ ਦੋਸਤੋ ਤਸੱਲੀ ਕਰ ਲਿਓ। ਅਤੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ, ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।